ਤਾਂ ਦੋਸਤੋ ਅੱਜ ਦਾ ਸਫ਼ਰ ਜੇ ਹੋਇਆ ਸ਼ੁਰੂ ਆ ਹਾਂ ਅੱਜ ਦਾ ਸਫ਼ਰ ਹੋਈ ਹੈ ਜਾਓ ਤੇ ਸ਼ੁਰੂ ਜਾਓ ਤੇ ਅਸੀਂ ਨਿਕਲੇ ਕਿ ਨੇ ਅਸੀਂ ਸੋਚਿਆ ਪਹਿਲੇ ਦੇਖੀ ਲੈ ਏਰੀਆ ਕਿਹੜਾ ਤਾਂ ਅੱਜ ਮਜ਼ਾਕ ਵੀ ਬੜਾ ਭਾਰੀ ਹੋਇਆ ਕਿ ਨੇ ਦੁੱਖ ਵੀ ਬੜਾ ਭਾਰ ਲੱਗਿਆ ਤਾਂ ਪੁੱਜਦੇ ਪੁੱਜਦੇ ਸਭੀ ਦੇ ਪਹਿਲੇ ਅਸੀਂ ਪੁੱਜੇ ਜਾਓ ਰੇ ਆਪਣੇ ਇਹ ਉਨੇ ਕਿ ਨੇ ਮੰਡੀਆ ਵਾਲਾ ਜੀ ਪੂਲਾ ਮੰਡੀਆ ਰੇ ਪੂਲਾ ਪਰ ਰੈੱਡ ਅਲਰਟ ਹੋਇਆ ਪਰ ਦੇਖੀ ਲਿਆ ਭੀੜ ਦੁਨੀਆ ਰੀ ਜਿਹੜੀ ਛਾਇਰੀ ਪੇ ਨਹੀਂ ਸਾਰਾ ਨਜ਼ਾਰਾ ਦੇਖੀ ਨਹੀਂ ਜਾਣਾ ਡੁੱਬਦੇ ਡੁੱਬੀ ਜਾਏ ਪਰ ਦੁਨੀਆ ਨਹੀਂ ਮੰਦੀ ਭਾਈ ਇਹ ਦੇਖਣੇ ਦਾ ਨਜ਼ਾਰਾ ਲਈ ਨੇ ਜਾਈ ਥੱਲੇ ਰੈਡ ਅਲਰਟ ਆ ਪੂਰਾ ਪੂਲਾ ਰੇ ਥੱਲੇ ਅੱਜ ਇਤਨੇ ਕਿਤਨੇ ਪੂਲ ਟਾਈਏ ਪਰ ਲੋਕ ਕੇ ਨਹੀਂ ਸਾਬ ਲਾਇਆ ਥੱਲੇ ਖਾ ਦੇਖਾ ਬਲਾ ਪਾਣੀ ਦਾ ਲਗੀ ਰਾ ਟੇਰ ਕਨੇ ਦੜਾ ਦੜ ਲਗੀ ਰੀ ਕੀ ਕਰਨਾ ਪਰ ਲੋਕ ਨਹੀਂ ਮੰਦੇ ਹੈ ਨਾ ਪਰ ਚਲੋ ਜੋ ਕੁਛ ਆਇਆ ਸੀ ਆਇਆ ਪਰ ਮਜ਼ਾਕ ਬੜਾ ਵਰਕ ਕਰ ਰਹੀ ਦੁਨੀਆ ਮਜ਼ਾਕ ਦੇਖਣਾ ਇਹ ਤਾਂ ਮੂਹੇ ਪੂਲਾ ਗਾਸ ਇਹ ਪੂਲਾ ਥੱਲੇ ਲੋਕੇ ਲੱਕੜੀਆਂ ਵੜਨੇ ਦੇ ਤਰਾ ਜੋਰ ਲੱਕੜੀ ਪਕੜੀ ਲਰੇ ਐ ਲੱਕੜੀ ਟੋਣੇ ਲਾਇ ਰੀ ਕਨੇ ਥੱਲੇ ਖਾ ਦੇਖਾ ਉੱਪਰ ਖਾ ਤਾਂ ਕੀੜਾ ਫਲੱਡ ਚਲੀ ਰਾ ਔਰ ਹਲੇ ਗਈ ਰਾ ਨਹੀਂ ਤਾਂ ਫਲੱਡ ਪਰ ਨਹੀਂ ਲੱਕੜੀ ਵੀ ਵੱਡੀ ਲੈਣੀ ਜੈ ਹੋ ਬੀ ਆਰ ਇੰਡੀਅਨ ਬੀ ਆਰ ਹਿਮਾਚਲੀ ਖਤਰੋਂ ਕੇ ਖਿਲਾੜੀ ਅੱਛਾ ਮੁੰਡ ਖਰਾ ਖਾਬਾ ਦੀਏ ਮੁੰਡ ਖਰਾ ਖਾ ਜਾਂਦੇ ਜਾਂਦੇ ਸਲਗਵਾਣ ਵਾਲੇ ਪਈ ਗਿਰਾ ਪਹਿਲੇ ਤਾਂ ਆਪਣਾ ਲਾਸਾ ਪਰ ਇਹ ਦਿਨੇ ਕਲੀਅਰ ਹੋਈ ਗਿਰਾ ਤਾਂ ਜੇ ਨਿਕਲੇ ਬੁਨਾ ਪਰ ਤਾਂ ਥੱਲੇ ਜੀਆ ਤਾਂ ਕਲੀਅਰ ਥਾ ਪਰ ਬਾਇਆ ਪਰੀਏ ਮੇਨ ਰੋੜਾ ਚੀਏ ਨਿਕਲਨੇ ਪਿਆ ਰਹਾ ਤੀਸਤੇ ਬਾਜੇ ਪੁੱਜਿਆ ਹੈ ਮੁੰਡ ਖਰਾਰੇ ਪੋਲਾਲੇ ਤਾਂ ਮੁੰਡ ਖਰਾਰੇ ਪੋਲਾਲੇ ਘਟਨਾ ਥੋੜੀ ਕੀ ਕਿ ਕਿ ਥੋੜੀ ਬੁਰੀ ਵੀ ਥੀ ਬੁਰੀ ਕੀ ਥੀ ਕਿ ਪੁਰਾਣਾ ਪੋਲਟ ਹੈ ਜਾਂ ਪੁਰਾਣੇ ਪੋਲਾ ਜੋ ਹੈ ਪਹਿਲੇ ਟੱਪਾਂ ਹੈ ਤਾਂ ਨਹੀਂ ਮੁੜ ਖਰੇ ਸਕੂਲਾ ਵਗੈਰਾ ਤਾਂ ਜੀ ਜਾਣਦੇ ਰਹੇ ਆ ਤਚਾਲਾ ਫੇਰੀ ਤਰਮਪੁਰਾ ਖਜਾਲੀ ਬਾਵੇਂ ਤਰਮਪੁਰਾ ਦਾ ਬੱਸ ਸਟੈਂਡ ਦੇਖਣਾ ਹਣਾ ਬੱਸ ਸਟੈਂਡ ਅਚ ਇਤਨੀ ਤਬਾਹੀ ਮਚ ਰਹੀ ਹੋਏ ਕਿ ਅਰ ਸਾਲ ਇਹ ਯਾ ਲੈ ਇਸ ਤਰਮਪੁਰਾ ਦੇ ਬੱਸ ਸਟੈਂਡ ਰਾ ਇੱਕੀ ਪਾਸੇ ਤੇ ਸੋਨ ਰੀਵਰ ਆਈ ਜਾਈ ਇੱਕ ਬੱਸ ਸਟੈਂਡ ਦੇ ਪਿੱਛੇ ਖਦੇ ਵਿਆ ਵੀਨਾਂ ਦੀ ਕਨੇ ਨੇ ਦੋ ਹੀ ਜ ਤਬਾਹੀ ਮਚਾਈ ਰਹੀ ਤੇ ਪਤਾ ਨਹੀਂ ਕੂਨੇ ਬੱਸ ਸਟੈਂਡ ਬਣਾਇ ਰਾ ਸੇ ਦੇਖਿਆ ਮਨੀ ਇਹ ਕੁਛ ਨਹੀਂ ਕਨੇ ਕੁਛ ਨਾ ਅੱਜ ਤਾਈਂ ਕੁਛ ਪ੍ਰੀਕਾਸ਼ਨ ਲੈ ਇਹਦੀ ਬਸਾਂ ਵੀ ਸੜੀ ਗਈ ਪਹਿਲੇ ਤੇ ਕਨੇ ਅੱਜਾ ਦਿਨਾ ਤੱਕ ਰਾ ਇਹ ਯਾ ਰਹੀ ਆ ਇਸ ਬੱਸ ਸਟੈਂਡ ਰਾ ਪਾਣੀ ਭਰੋਂਦਾ ਰਿਆ ਕਨੇ ਖਰਚਾ ਹੁੰਦਾਰੇ ਆ ਇਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਚਲੇ ਕੰਡੇ ਪਤਨਾ ਖੰਡੇ ਪਤਨਾ ਦੇਖਣ ਪਾਉ ਪਾਉ 2000 ਇਹ ਥੀ ਇੱਕ ਇੱਕ ਖਤੇ ਬਿਆਸ ਹੁਇਕ ਨੇ ਦੂਜੇ ਖਤੇ ਆਈ ਸੋਨਰੀਵਰ ਸੋਨਰੀਵਰ ਸੇ ਜੇ ਧਰਮਪੁਰਾ ਖਤੇ ਨਿਕਲੀ ਨਹੀਂ ਆਏ ਭਾਈ ਸਾਹਿਬ ਤਾਲ ਜੇ ਦੋਨੋਂ ਕਠੀਆਂ ਆਈ ਜਾਣਾਂ ਤਾਂ ਧਰਮਪੁਰਾ ਰੇ ਜੇ ਸਾਹਮਣੇ ਤੋਂ ਜੋ ਮੰਦਰ ਦੁਸੇਰਾ ਆਈ ਤੀ ਸ਼ਿਵਜੀ ਰੇ ਸ਼ਿਵਜੀ ਰੇ ਚਰਨਾਂ ਚ ਪ੍ਰਣਾਮ ਕਰਨ ਜਾਣੀ ਆਪਣੀ ਬਿਆਸ ਕਨੇ ਸੋਨਰੀਵਰ ਤਬਾਹੀ ਬੜੀ ਪਰਮਚਾਂਦੀ ਕਨੇ ਅਗਰ ਤੁਹੇ ਪਰਲੀ ਸਾਈਡ ਆ ਦੇਗੇ ਨਾ ਤਾ ਇਹ ਥੀ ਤੁਹਾਂ ਜੋ ਲਗਣਾ ਭਈ ਸਮੁੰਦਰੀ ਆਈ ਰਾ ਪੂਰਾ ਕਿਉਂਕਿ ਇਥੇ ਵਾਈਡ ਏਰੀਆ ਆ ਕੇ ਨਾ ਪਾਣੀ ਇਤਨਾ ਜ਼ਿਆਦਾ ਫੈਲਾਣਾ ਤਾਲ ਜੇ ਥਾਲੀ ਲਗਾ ਭਈ ਪੂਰਾ ਸਮੁੰਦਰੀ ਆਈ ਰਾ ਕਿਨੇ ਵਿਚ ਕਿਨਾਰੇ ਖੜੀ ਰ ਤੂੰ ਬੜਾ ਭਾਰੀ ਡਰਾਵਣਾ ਸੀ ਨਾ ਇਸ ਟਾਈਮ ਜੇ ਮਾਚਲਾ ਚ ਬਰਖਾ ਲਗੀ ਰੀ ਨਾ ਜੇ ਇਹ ਹੀ ਬਰਖਾ ਅਗਲੇ ਦਿਨ ਵੀ ਲਗੀ ਰਹੀ ਤਾਂ ਮੈਂ ਬੋਲਾਂ ਭਈ ਸ਼ਹਿਰਾਂ ਦੇ ਸ਼ਹਿਰ ਡੁੱਬ ਜਾਣੇ ਅੱਛਾ ਮਾਮ ਮੇਰੇ ਘਰ ਆ ਖ ਚੱਲੀਏ ਤਾਂ ਮਾਸ ਯਾਰ ਇਸ ਜਿਵੇਂ ਤੁਹਾਂ ਜੋ ਪਿਛਲੇ ਵੀਡੀਓ ਚ ਦੱਸੀ ਰਹਾ ਤੇ ਥੀ ਸਦੀ ਨਰੀ ਦੁਕਾਨਾਂ ਤੋਂ ਕੋਨਾ ਦਾ ਅੜੀ ਗਰੀ ਹੀ ਗੋੜਾ ਅੜੀ ਰਹਾ ਹੱਦ ਹਲਕਾ ਜਿਹਾ ਅੱਜ ਦੇਖਾ ਵਾਲਾ ਪਿਛਲੀ ਰਾਤ ਦੀ ਪੀਰੀ ਫਲੱਡ ਆਇਆ ਕਨੇ ਖੇਤਰ ਪੂਰਾ ਅੜੀ ਗਰਾ ਫਸਲ ਅੜੀ ਗਈ ਕਨੇ ਸੇ ਜੇ ਗੋੜਾ ਟੁਕੜਾ ਬਚੀ ਰਹਾ ਪਿਛਲੇ ਵੀਡੀਓ ਚ ਸੇ ਇਸ ਵੀਡੀਓ ਚ ਪੂਰਾ ਗੋੜ ਡੀਤੀ ਗਿਆ ਬੜੀ ਦੁਖਾਰੀ ਗੱਲ ਹੋਈ ਪਰ ਇਥੇ ਇੱਕ ਕਲੋਲ ਵੀ ਲੱਗ ਹੋਈ ਚੁਕੀ ਰੀ ਹੁਣ ਮੈਂ ਤੁਹਾਂਜੇ ਦੱਸਣੀ ਪਹਿਲੇ ਫਸਲਾਂ ਦੀ ਖਿਲਵਾਏ ਇੱਕ ਵਾਰ ਜੀਨੇ ਕੀ ਕੁੱਛ ਮੈਨਿ ਪਛਿਰਾ ਪਤਾ ਕਿਆਂ ਫਸਲ ਲੈਣੀ ਕਿਨੇ ਬਾਕੀ ਦੇਖਿਆ ਹੁਣ ਸਰਕਾਰ ਕੀ ਕਰੇ ਮਿੰਝੋ ਲੱਗਦਾ ਸਰਕਾਰ ਆ ਕੁਛ ਕਰਨਾ ਪਰ ਚਲੋ ਜੋ ਕੁਛ ਆਇਆ ਸੇ ਆਇਆ ਕੀ ਕਰੀਏ ਅਬ ਕੋਲੋਲ ਕੀ ਹੋਇ ਤੁਹਾਨੂੰ ਦੇਖਾ ਵਾਲਾ ਬੰਦੇ ਫਾਇਦਾ ਦੇਖ ਹੀ ਲਏ ਐ ਇਹ ਸਾਹਮਣੇ ਦੇਖਾ ਤੁਹਾਨੂੰ ਜੋ ਇੱਕ ਟੰਗੋਈਰਾ ਦੁੱਸਿਆ ਕਰਾਏ ਬਕਰਾ ਜਿਆ ਇਹ ਐਰੋ ਲਗਣਾ ਇਹ ਬਕਰੇਰਾ ਚੱਕਰਾ ਐ ਇਹ ਠੀਕ ਹੋਇਆ ਵੀ ਬਕਰਾ ਟੰਗੋਈਰਾ ਦੁੱਸਿਆ ਸਾਹਮਣੇ ਤੇ ਲੋਕਾਂ ਜੋ ਕਿਨੇ ਇੱਕ ਬੰਦਾ ਬੜਾ ਪਾਰੀ ਦੇਲੇਰ ਤਾਰਪੇ ਰਹੀ ਬਿਜਲੀ ਬੋਰਡ ਵਾਲਿਆ ਠੀਕ ਨੇ ਇਹ ਬੰਦਾ ਜੀ ਐਸੇ ਲਟਕਦਾ ਲਟਕਦਾ ਇਸ ਬੱਕਰੇ ਲਿਆਉਣੇ ਚਲੀ ਪਿਆ ਪਾਰਾ ਐਡਾ ਖਤਰਾ ਮੋਲ ਲਿਆ ਇਹਨੇ ਪਰ ਇਸੋ ਨਹੀਂ ਲਗਿਆ ਪਤਾ ਇਹ ਬੱਕਰੇ ਰਾਹ ਚੱਕਰਾ ਇਹ ਬੱਕਰਾ ਤਾਂ ਜੇ ਲੈਣੇ ਪਾਰ ਪੁੱਜੇ ਨਾ ਤਾਂ ਜਿੰਨੇ ਦੇਖਿਆ ਤਾਂ ਇਹ ਬੱਛੂ ਨਿਕੜਿਆ ਕਿਨੇ ਮੋਟੀ ਕਲੋਲ ਹੋਈਗੀ ਇਸਨੇ ਪਰ ਇਹਨੇ ਫੇਰ ਸੇ ਟ੍ਰਾਈ ਕੀਤੀ ਪਰ ਛੁੱਟਿਆ ਨਹੀਂ ਆ ਰੋਲ ਸਾਰਾ ਪੀਰੀ ਸੀਨ ਹੋਈ ਆ ਰੋਲ ਸਾਰਾ ਬੜਾ ਦੁੱਖ ਲਗਾ ਕਿਉਂਕਿ ਆਪਣੀ ਫੇਵਰੇਟ ਝੀਲ ਅੱਜ ਇਹ ਝੀਲ ਮੈਂ ਤੁਹਾਂ ਨੂੰ ਪਿਛਲੇ ਵੀਡੀਓ ਚ ਦੱਸੀ ਭਈ ਪੂਰੀ ਫੁੱਲ ਭਰੋਈ ਗਰੀ ਸੀ ਬੜਾ ਬੁਰਾ ਹਾਲ ਥਾ ਪਿਛਲੀ ਰਾਤੀ ਪਰ ਅਗਲੀ ਰਾਤੀ ਪੀਰੀ ਬੱਦਲ ਫਟਿਆ ਕਨੇ ਦੇਖਾ ਬਲਾ ਤੁਹ ਹਰੀਆ ਸਾਹਮਣੀਆਂ ਬੱਦਲ ਫਟਦੇ ਫਟਦੇ ਕੁਛ ਕੀ ਵਿਚਾਰੇ ਦਾ ਨਾ ਘਰ ਡੀ ਰੀ ਗਿਆ ਥਤੇ ਕਨੇ ਐਡਾ ਕੁਛ ਨਹੀਂ ਹੋ ਸਭੀ ਤੇ ਬੁਰੀ ਗੱਲ ਬਰਖਾ ਨਹੀਂ ਜਾਂ ਕੁਛ ਚੀਜ਼ਾਂ ਹੋਈ ਜਾਂ ਇਸ ਲੱਗਾ ਲੇ ਪਰ ਜ਼ਿੰਦਗੀ ਰਜਮਾ ਪੁੰਜੀ ਸੀ ਜੇ ਇੱਕ ਘਰ ਆਦਮੀ ਬਣਾ ਰਹੇ ਹਾਂ ਸੀ ਕਦੀ ਟੈਣ ਨਹੀਂ ਚਾਹਿੰਦਾ ਦੇਖਾ ਵਾਲਾ ਕਿਤਨੀ ਬਹੁਤ 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 ਦਇਨੀ ਆ ਆਪਕੀ ਸਥਿਤੀ ਪਰ ਚਲੋ ਪਰਮਾਤਮਾ ਦੇਖਿਆ ਰਾਂ ਕਰਨਾ ਕੁਛ ਨਾ ਕੁਛ ਹੁਣ ਮਿੰਜ ਲਗਾ ਵੀ ਬਰਖਾ ਚੁਕੀ ਗਰੀ ਪਰ ਕੀ ਅਗਲਾਈ ਆਉਣੀ ਸੀ ਵਿਸ਼ੇ ਚ ਜਿਆਦਾ ਸ਼ਬਦ ਨਹੀਂ ਹੋਏ ਕਨੇ ਸਰਕਾਰ ਆਏ ਨੇ ਕੁਛ ਕਰੀ ਸਕਾਂ ਹੀ ਹਲੇ ਪਤਾ ਜਰੂਰ ਪਰਿਵਾਰ ਆਰੀ ਮਦਦ ਹੋਈ ਸਕੋ ਤਾਂ ਬੜੀ ਅੱਛੀ ਗੱਲ ਹੀ ਕਿਉਂਕਿ ਕੀ ਅਗਲਾਈ ਸਕਿਆ ਘਾਰ ਹੀ ਢਈ ਆ ਕਮਾਰੂ ਕੀ ਹੋਇਆ ਕਮਾਰੂ ਬੜਾ ਖਤਰਨਾਕ ਸੀਨ ਹੋਈ ਆ ਕਿਉਂਕਿ ਕਮਾਰੂ ਤਾਂ ਲਸੀਰ ਖੱਡ ਪੁੱਜ ਜਾਈ ਨਾ ਤਾਂ ਸੀਰ ਖੱਡਾ ਚ ਸ ਸੁਨੈ ਲ ਮਿਲਾਈ ਪਰ ਖਦੇ ਜਬੂਠੀ ਮਿਲਾਈ ਫਿਰ ਇਸਤੇ ਬਾਦ ਬੰਮਾ ਇਨੇ ਦਰੂਗ ਮਿਲਾਈ ਇਸਤੇ ਬਾਦ ਇਹ ਖੜ ਜੇ ਇਸ ਪੂਰਾ ਦਰਿਆ ਬਣੀ ਚੁਕਰੀ ਆਬ ਦੇਖ ਵਾਲਾ ਇਹ ਘਾਰ ਕਿਤਨੇ ਬਾਂ ਕੇ ਸਜਾਇ ਰਕਨੇ થી ਖੜਾ ਕਿਨਾਰੇ ਲੋਕ ਤਾਂ ਬਸਰੇ ਪਰ ਜਿਤਨਾ ਯਾਦ ਇਨ ਜੋ ਅੰਦਾਜ਼ਾ ਨਹੀਂ ਹੁਣਾ ਬੀ ਇਤਨਾ ਪਾਣੀ ਭਰੋਈ ਜਾਣਾ ਹੈ ਇੱਥੇ ਅਤੀ ਹੋਈਗੀ ਬੜਾ ਬੁਰਾ ਕੰਮ ਆ ਬਸ ਪ੍ਰਮਾਤਮਾ ਬਚਾਏ ਪ੍ਰਮਾਤਮਾ ਸਦਬੁੱਧੀ ਦੇ ਲੋਕਾਂ ਜੋ ਕਿ ਨੇ ਰੱਖਸ਼ਾ ਕਰੇ ਬਸ ਹੋਰ ਕੁਝ ਨਹੀਂ ਬੋਲੀ ਸਕਦੇ ਤਾਂ ਚੱਲਾ ਮਿੱਤਰਾਂ ਥੋੜਾ ਜਿਹਾ ਏਡਾ ਕਰਾਂ ਹਾਂ ਵੀ ਹੁਣ ਰਾਜਧਾਨੀਆਂ ਖਜਾਲਾ 120 ਸਾਲ ਪੁਰਾਣੀ ਪਟੜੀ ਕਲ ਕਾਸਿਮ ਲਿਆਲੀ ਇਹ ਦੇਖਾ ਤਾਂ ਭਾਈਆ ਮਿੱਤਰੋ ਆਵਾ ਚੁਈ ਗਰੀ ਵਾਸਤਵ ਨੂੰ ਦੇਖੀ ਸਕੇ ਤਾਂ ਭਾਈ ਕਿ ਆਈ ਵੇ ਕਿਸ ਲੇਵਲ ਲੜੀ ਬਾਕੀ ਪ੍ਰਭੂਰੀ ਮਾਇਆ ਹੀ ਇੱਕੀ ਪਾਸੇ ਜੇ ਸਭ ਕੁਝ ਟਹਿਣੇ ਲਗੀ ਰਾ ਤਾਂ ਬੋਲਾਂ ਹੈ ਲੋਕ ਬਲੇ ਪਰਮਾਤਮਾ ਤੇ ਮੇਰੀ ਮਰਜ਼ੀ ਤੇ ਬਿਨਾ ਕੁਝ ਨਹੀਂ ਹੁੰਦਾ ਬਿਲਕੁਲ ਠੀਕ ਬੋਲ ਲੈਂਦੇ ਖਵਲਾ ਅੱਜ ਬਿਨਾ ਗੇੜੇ ਐਂਡ ਪੰਪਾ ਤੇ ਪਾਣੀ ਚੱਲੀ ਰਾ ਕਨੇ ਸੇ ਜੇ ਪਾਣੀ ਅੱਜ ਬੋਲ ਹੈ ਬਲੇ ਵਾਟਰ ਲੈਵਲ ਲੋਹੀ ਗਰਾ ਸੇ ਅੱਜ ਵਾਟਰ ਲੈਵਲ ਪੀ ਦੀ ਉਪਰ ਕੋਈ ਗਰਤ ਬੋਲੇ ਅਵਲੇ ਬੜੀ ਬੜੀ ਤਰੱਕੀ ਕਰ ਲਈ ਦੋ ਦਿਨ ਪਰਮਾਤਮੇ ਵਰਖਾ ਕੀਤੀ ਤਿੰਨ ਦਿਨ ਕਨੇ ਕੁਛ ਨਹੀਂ ਰਿਆ ਨਾ ਸੜਕਾਂ ਰਹੀ ਨਾ ਘਰ ਰਹਿ ਨਾ ਲੋਕ ਰਹਿ ਅੱਜ ਸਾਰੇ ਬੋਲੇ ਰਹੇ ਹੈ ਭਗਵਾਨ ਹੈ ਕਹਾਂ ਰੇ ਤੂੰ ਤਾਂ ਇਸਤੇ ਡਰੋ ਪ੍ਰਕਿਰਤੀ ਨੇ ਛੇੜਛਾੜ ਠੀਕ ਨਹੀਂ ਤਾਂ ਬੜੀ ਅੱਛੀ ਗੱਲ ਇਹ ਕਿ ਸਿੱਖਿਆ ਵੀ ਲੈਣੀ ਕਿ ਆਪਣਾ ਆਸ ਪੜੋਸਾ ਚ ਕਿਸੇ ਨੇ ਕੋ ਗਲਤ ਹੋ ਹੀ ਰਿਹਾ ਹੋ ਤੀਸਰਾ ਘਰ ਟੈ ਹੀ ਰਿਹਾ ਤਾਂ ਤੈਨਾਂ ਦੀ ਮਦਦ ਕਰੋ ਕਿਨ ਜਿੰਨਾ ਹੋ ਸਕੋ ਆਪਣਾ ਆਸ ਪੜੋਚ ਸਾਥ ਦੇਣਾ ਤਾਂ ਬੋਲੋ ਸ਼ੰਕਰ ਭਗਵਾਨ ਕੀ ਜੈ ਮਿੱਤਰੋ ਪੀਰੀ ਮਿਲਾਂ ਨਵੇਂ ਵੀਡੀਓਜ਼ ਸਬਸਕ੍ਰਾਈਬ ਕਰਦੇ ਜਾ ਨੋਮੀ ਤਰੋ ਅਗਰ ਵੀਡੀਓ ਬੰਕਾ ਲੱਗ ਹੀ ਰਹੋ ਲੋਕਾਂ ਨੇ ਵੀ ਸ਼ੇਅਰ ਕਰਨਾ ਤਾਂ ਕਿ ਜਾਗਰੂਕਤਾ ਵੀ ਫੈਲੋ ਕਿਨ ਲੋਕਾਂ ਨੂੰ ਪਤਾ ਲੱਗੋ ਪਈ ਕਿੰਨਾ ਜੋ ਆ ਉਹ ਇਮਾਚਲਾ ਚ ਡਿਜਾਸਟਰ ਹੋ ਚੁਕੀ ਰਹਾ ਬਾਕੀ ਜੈ ਭੋਲੇनाथ ਜੈ ਮਾਤਾ ਦੀ ਜੈ ਸ਼ੰਕਰ ਭਗਵਾਨ